8 ਵਿਆਹ ਕਰਵਾ ਕੇ ਜੇਲ੍ਹ ਗਈ ਔਰ ਇਹ ਪਹਿਲਾਂ ਵੀ 8 ਵਿਆਹ ਕਰਾ ਚੁੱਕੀ, ਫਿਰ ਹਵਾਲਾਤੀ ਦੇ ਨਾਲ ਕਰਵਾਇਆ 9ਵਾਂ ਵਿਆਹ। ਕੀ 9ਵਾਂ ਵਿਆਹ ਇਹਨੇ ਲਵਪ੍ਰੀਤ ਨਾਲ ਕਰਾਇਆ? ਧੋਖਾਧੜੀ ਦੇ ਮਾਮਲੇ 'ਚ ਜੇਲ੍ਹ ਗਈ ਸੀ ਔਰ ਪਹਿਲਾਂ ਵੀ ਵਿਆਹਿਆ ਹੋਇਆ ਵਾ ਲਵਪ੍ਰੀਤ ਸਿੰਘ, ਮੈਂ ਉਹਦੀ ਪਤਨੀ ਹਾਂ ਰਾਜਵੀਰ ਕੌਰ। ਹਵਾਲਾਤੀ ਦੀ ਪਹਿਲੀ ਪਤਨੀ ਨੇ ਲਗਾਏ ਗੰਭੀਰ ਇਲਜ਼ਾਮ ਅਤੇ ਸਾਨੂੰ ਇਨਸਾਫ ਦੀ ਮੰਗ ਚਾਹੀਦੀ, ਸਾਡੇ ਮੰਮੀ ਪਾਪਾ ਨੂੰ, ਸਾਡੀਆਂ ਕੁੜੀਆਂ ਨੂੰ ਅਤੇ ਲਵਪ੍ਰੀਤ ਨੂੰ, ਜੇਲ੍ਹ ਦੇ ਵਿੱਚ ਖਤਰਾ ਵਾ। ਪੰਜਾਬ ਦੇ ਵਿੱਚ ਰੋਜ਼ਾਨਾ ਹੀ ਅਜੀਬੋ ਗਰੀਬ ਮਾਮਲੇ ਸਾਹਮਣੇ ਆ ਰਹੇ ਨੇ, ਤਾਂ ਹੁਣ ਇੱਕ ਅਜਿਹੀ ਔਰਤ ਜਿਸ 'ਤੇ 8 ਵਿਆਹ ਹੋ ਚੁੱਕੇ ਸੀ, ਫਿਰ ਉਹ ਕਿਸੇ ਮਾਮਲੇ ਦੇ ਵਿੱਚ ਜੇਲ੍ਹ ਚਲੀ ਗਈ, ਫਿਰ ਉਸਨੇ ਇੱਕ ਹਵਾਲਾਤੀ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲਿਆ, ਇੱਥੋਂ ਤੱਕ ਕਿ ਉਸਨੇ ਉਸ ਹਵਾਲਾਤੀ ਦੇ ਨਾਲ 9ਵਾਂ ਵਿਆਹ ਕਰਵਾ ਲਿਆ, ਫਿਰ ਉਸਨੂੰ ਚੋਰੀਆਂ, ਠੱਗੀਆਂ, ਲੁੱਟਾਂ ਖੋਹਾਂ ਕਰਨ ਦੇ ਲਈ ਮਜਬੂਰ ਕੀਤਾ। ਤਾਂ ਹੁਣ ਉਸ ਹਵਾਲਾਤੀ ਦੀ ਪਹਿਲੀ ਪਤਨੀ ਕੈਮਰੇ ਦੇ ਸਾਹਮਣੇ ਆਈ, ਜਿਸ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਦੱਸਿਆ ਕਿ ਕਿਵੇਂ ਉਸ ਸ਼ਾਤਰ ਔਰਤ ਦੇ ਵੱਲੋਂ ਇਹ ਪੂਰਾ ਡਰਾਮਾ ਰਚਿਆ ਗਿਆ। ਹਵਾਲਾਤੀ ਨੂੰ ਸੁਨਹਿਰੀ ਸੁਪਨੇ ਦਿਖਾਏ ਗਏ। ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਇੱਕ ਔਰਤ ਨੂੰ 8 ਵਿਆਹ ਕਰਵਾ ਕੇ ਵੀ ਸਬਰ ਨਾ ਆਇਆ। ਪੀੜਤ ਪਤਨੀ ਦੇ ਵੱਲੋਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸਦਾ ਪਤੀ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਉੱਥੇ ਜੇਲ੍ਹ ਦੇ ਵਿੱਚ ਇੱਕ ਔਰਤ ਨੇ ਉਸ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਉਸ ਦੇ ਨਾਲ 9ਵਾਂ ਵਿਆਹ ਕਰਵਾ ਲਿਆ, ਜਦਕਿ ਉਸ ਔਰਤ ਦੇ ਪਹਿਲਾਂ ਹੀ 8 ਵਿਆਹ ਹੋ ਚੁੱਕੇ ਨੇ ਅਤੇ ਉਸ ਔਰਤ ਦੇ ਵੱਲੋਂ 9ਵਾਂ ਵਿਆਹ ਉਸਦੇ ਪਤੀ ਨਾਲ ਕਰਵਾਇਆ ਗਿਆ। ਬਾਅਦ ਵਿੱਚ ਉਸਦੇ ਪਤੀ ਨੂੰ ਲੁੱਟਾਂ ਖੋਹਾਂ ਕਰਨ ਦੇ ਲਈ ਮਜਬੂਰ ਕਰਦੀ ਰਹੀ ਅਤੇ ਫਿਰ ਉਸਦਾ ਪਤੀ ਹੁਣ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ। 9ਵਾਂ ਵਿਆਹ ਕਰਵਾਉਣ ਵਾਲੀ ਔਰਤ ਹੁਣ ਉਹਨਾਂ ਨੂੰ ਤੰਗ ਪਰੇਸ਼ਾਨ, ਇੱਥੋਂ ਤੱਕ ਧਮਕੀਆਂ ਦੇ ਰਹੀ ਹੈ। ਸੋ ਇਹ ਅੰਮ੍ਰਿਤਸਰ ਦਾ ਇਹ ਪੂਰਾ ਮਾਮਲਾ ਹੈ। ਇਸ ਔਰਤ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜੇਲ੍ਹ ਦੇ ਵਿੱਚ ਬੰਦ ਇੱਕ ਸ਼ਾਤਰ ਔਰਤ ਨੇ ਅਤੇ ਪਤੀ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਇਸ ਤਰੀਕੇ ਦੀ ਘਟਨਾ ਕੀਤੀ, ਜਿਸ ਤੋਂ ਬਾਅਦ ਉਸਦਾ ਪਤੀ ਲੁੱਟਾਂ ਖੋਹਾਂ ਕਰਨ ਲੱਗ ਪਿਆ। IG ਕੋਲ ਉਹਨਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਗਈ। ਦਫ਼ਤਰ ਆਏ ਹਾਂ ਕਿ ਮੇਰੇ ਹਸਬੰਡ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਵਾ। ਉਹ 5 ਸਾਲ ਕਪੂਰਥਲੇ ਜੇਲ੍ਹ 'ਚ 5-6 ਸਾਲ ਉਹਨਾਂ ਕੱਟੇ ਆ। ਉੱਥੋਂ ਇੱਕ ਜਨਾਨੀ ਮਿਲ ਗਈ ਸੀ, ਰਲ ਗਈ ਸੀ ਉਹਦੇ ਨਾਲ ਅਤੇ ਉਹ ਬਾਹਰ ਆਇਆ, ਬੜਾ ਸੋਹਣਾ ਸੀ, ਆਪਣੇ ਘਰ ਰਹਿਣ ਡਿਆ। ਸਾਡੀ ਮੈਰਿਜ ਨੂੰ 8 ਸਾਲ ਹੋ ਗਿਆ ਅਤੇ ਮਤਲਬ ਕਿ ਉਹ ਬਾਹਰ ਆਏ ਅਤੇ ਇਹਨੇ ਉਹਨੂੰ ਲਾਲਚ ਦੇ ਤਾ ਕਿ ਮੈਂ ਕੈਨੇਡਾ ਦੀ PR ਹਾਂ ਅਤੇ 40 ਕਿੱਲੇ ਮੇਰੀ ਪੈਲੀ ਆ ਅਤੇ ਮੇਰੇ ਨਾਲ ਵਿਆਹ ਕਰਵਾ। ਉਹਨੇ ਬਾਰੇ ਬਾਰ ਕਿਸੇ ਨੂੰ ਦੱਸਿਆ ਨਹੀਂ, ਉਹਨੇ ਜਾ ਕੇ ਜਲੰਧਰ ਕੇ ਗੁਰਦੁਆਰੇ 'ਚ ਲਾਵਾਂ ਲੈ ਲਈਆਂ ਵਾਂ ਅਤੇ ਅਸੀਂ ਹੁਣ ਇਹੋ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਸਾਡੀ ਕੁੜੀ ਦੇ ਨਾਲ 2.5 ਲੱਖ ਦੀ ਲੁਧਿਆਣੇ ਵਾਲੀ ਦੀਦੀ ਨਾਲ ਠੱਗੀ ਮਾਰੀ, ਇਹਨੇ ਨਾਲ 25,000 ਦੀਆਂ ਵਾਲੀਆਂ ਲੈ ਆਈ ਆ ਅਤੇ ਵੇਖੋ ਜੀ ਸਾਡੇ ਪਿੰਡ ਦੇ ਵਿੱਚ ਵੀ ਇਹਨੇ ਕਈ ਜਾਣਿਆਂ ਨਾਲ ਠੱਗੀ ਮਾਰੀ ਆ ਅਤੇ ਅਸੀਂ ਇਹੋ ਮੰਗ ਕਰਦੇ ਵੀ ਮੈਂ ਅਸੀਂ ਪਹਿਲਾਂ ਵੀ ਵਿਆਹਿਆ ਹੋਇਆ ਵਾ ਲਵਪ੍ਰੀਤ ਸਿੰਘ, ਮੈਂ ਉਹਦੀ ਪਤਨੀ ਹਾਂ ਰਾਜਵੀਰ ਕੌਰ, ਅਤੇ ਸਾਨੂੰ ਇਨਸਾਫ ਦੀ ਮੰਗ ਚਾਹੀਦੀ, ਸਾਡੇ ਮੰਮੀ ਪਾਪਾ ਨੂੰ, ਸਾਡੀਆਂ ਕੁੜੀਆਂ ਨੂੰ ਅਤੇ ਲਵਪ੍ਰੀਤ ਨੂੰ, ਜੇਲ੍ਹ ਦੇ ਵਿੱਚ ਖਤਰਾ ਵਾ। ਇਹ ਪਹਿਲਾਂ ਵੀ 8 ਵਿਆਹ ਕਰਾ ਚੁੱਕੀ, 9ਵਾਂ ਵਿਆਹ ਇਹਨੇ ਲਵਪ੍ਰੀਤ ਨਾਲ ਕਰਾਇਆ। ਹੁਣ ਇਸ ਟਾਈਮ ਤੁਹਾਡਾ ਪਤੀ ਕਿੱਥੇ ਹੈ? ਮੈਂ ਇਸ ਟਾਈਮ ਮੇਰਾ ਪਤੀ ਲਵਪ੍ਰੀਤ ਸਿੰਘ ਅੰਮ੍ਰਿਤਸਰ ਵਾਲੀ ਜੇਲ੍ਹ 'ਚ। ਕਿਹੜੇ ਜੁਰਮ 'ਚ ਜੇਲ੍ਹ 'ਚ ਗਏ ਸੀ? ਉਹਨਾਂ ਨੇ ਗੱਡੀ ਦੇ ਕੇਸ 'ਚ, ਉਹ ਵੀ ਇਹਨੇ ਕਰਵਾਇਆ, ਸਾਨੂੰ ਤਾਂ ਕੋਈ ਪਤਾ ਨਹੀਂ ਸੀ, ਚੰਗਾ ਭਲਾ ਕਰੇ ਬੈਠਾ ਸੀ ਇਹਨੇ ਉਹਨੂੰ ਲੁੱਟ ਖੋਹ 'ਚ। ਅਸੀਂ ਤਾਂ ਅੱਗੇ ਮਹਾਂ ਉਹਦੀਆਂ ਜਮਾਨਤਾਂ ਕਰਾਈਆਂ ਉਹਨੂੰ, ਮਹਾਂ ਹੀ ਮਤਲਬ ਕਿ ਘਰੇ ਬੁਲਾਇਆ ਸੀਗਾ, ਅਸੀਂ ਲੋਕਾਂ ਦੇ ਕੰਮ ਕਰ ਕਰਕੇ ਉਹਦੀਆਂ ਜਮਾਨਤਾਂ ਕਰਾਈਆਂ। ਅਤੇ ਹੁਣ ਜਿਹੜੀ ਔਰਤ ਹੈ ਜਿਸ ਨਾਲ ਵਿਆਹ ਹੋਇਆ, ਉਹ ਕਿਹੜੇ ਜੁਰਮ 'ਚ ਜੇਲ੍ਹ 'ਚ? ਉਹ ਮਤਲਬ ਕਿ ਜੇਲ੍ਹ 'ਚੋਂ ਬਾਹਰ ਆ ਚੁੱਕੀ, ਉਹਨੇ ਵੀ ਅੱਗੇ ਕਿਸੇ ਨਾਲ 420 ਕੀਤੀ, ਕਿਸੇ ਕੋਲ ਠੱਗੀ ਮਾਰੀ ਸਾਗਰ ਰਤੂ ਕੋ, ਉਹ ਇਹਦਾ ਮਤਲਬ ਕਿ ਇਹਨੇ ਦੂਜੇ ਤੀਜੇ ਥਾਂ 'ਤੇ ਉਹਦੇ ਨਾਲ ਵਿਆਹ ਕਰਾਇਆ ਸੀ।
ਉਹਦੇ ਨਾਲ ਇਹਨੇ ਠੱਗੀ ਮਾਰੀ, ਉਹਨਾਂ ਨੇ ਇੱਥੇ ਪਰਚਾ ਕਰਾਤਾ ਸੀ। ਹੁਣ ਤੁਸੀਂ ਅੱਜ ਆਈ ਜੀ ਦਫ਼ਤਰ ਆਏ ਜੇ, ਕੀ ਇਨਸਾਫ ਮੰਗਿਆ? ਮੈਂ ਇਨਸਾਫ ਦੀ ਉਹ ਮੰਗ ਕਰਦੀ ਹਾਂ ਵੀ ਅਸੀਂ 8 ਸਾਲ ਹੋ ਗਏ ਪਹਿਲਾਂ ਵਿਆਹੇ ਹੋਏ ਹਾਂ, ਮੈਂ ਉਹ ਇਨਸਾਫ ਕਰਦੀ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਣ ਡਈ ਇਹਨੂੰ, ਬਸ ਲੈ ਸਾਡੇ ਘਰ ਨਹੀਂ ਬਣਨੀ ਚਾਹੀਦੀ, ਇਹਨੂੰ ਜੇਲ੍ਹ ਹੋਣੀ ਚਾਹੀਦੀ ਆ। ਕੀ ਨਾਮ ਹੈ ਜੀ ਤੁਹਾਡਾ? ਅਮਰਜੀਤ। ਕੀ ਗੱਲ ਹੋਈ ਆ ਤੁਹਾਡੇ ਨਾਲ? ਸਾਡੇ ਨਾਲ ਇਹ ਗੱਲ ਹੋਈ ਆ ਕਿ ਜੇਲ੍ਹ 'ਚੋਂ ਹੀ ਰਲ ਗਈ ਮੁੰਡੇ ਦੇ ਨਾਲ, ਜੇਲ੍ਹ 'ਚ ਰਿਹਾ 5 ਸਾਲ ਅਤੇ ਹੁਣ ਬਾਹਰ ਕੱਢਿਆ ਸੀ ਅਤੇ ਮੁੜ ਕੇ ਫਿਰ ਇਹਨੇ ਠੱਗੀਆਂ ਠੋਰੀਆਂ ਮਾਰਨ ਡਾ ਤਾ ਵਿਆਹ ਕਰਕੇ, ਵਿਆਹ ਕਰ ਲਿਆ ਬਾਹਰ ਧੋਖੇ ਨਾਲ ਅਤੇ ਹੁਣ ਚਲ ਗਈ ਆ ਘਰੋਂ। ਕੀ ਨਾਮ ਹੈ ਉਹਦਾ? ਮਨਪ੍ਰੀਤ। ਨੰਗਰ ਨੰਗਰ ਲਬਾਣਾ। ਕਦੋਂ ਵਿਆਹ ਕਰਾਇਆ ਸੀ ਅਤੇ ਕਦੋਂ ਛੱਡ ਕੇ ਗਈ? ਸਾਲ ਹੋ ਗਿਆ ਵਿਆਹ ਨੂੰ। ਅਤੇ ਇਸ ਤੋਂ ਇਲਾਵਾ ਹੋਰ ਵੀ ਵਿਆਹ ਕਰਾਏ ਸੀ? ਹੋਰ ਵੀ ਵਿਆਹ ਕਰਾਇਆ 8। ਮਾਤਾ ਜੀ ਤੁਹਾਡੇ ਲੜਕੇ ਨੂੰ ਕੀ ਲਾਲਚ ਦੇ ਕੇ ਵਿਆਹ ਕਰਾਇਆ ਸੀ, ਕੀ ਕਰ ਰਹੇ? ਲਾਲਚ ਦਿੱਤਾ ਵਾ ਵੀ 40 ਕਿੱਲੇ ਆ ਮੇਰੇ, ਵੀ ਯਾਰਾਂ ਮੈਂ ਕਨੇਡਾ ਦੀ ਅਤੇ ਬਾਕੀ ਕੁੜੀ ਕੋਲ ਵੀ ਗਈ ਆ ਅਤੇ ਕੁੜੀ ਕੋਲ 2.5 ਲੱਖ ਦੀ ਠੱਗੀ ਮਾਰੀ ਆ, ਨਾਲ ਉਹਦੀਆਂ ਵਾਲੀਆਂ ਲੈ ਆਈ। ਹੁਣ ਤੁਸੀਂ ਅੱਜ ਆਈ ਜੀ ਦਫ਼ਤਰ ਪਹੁੰਚੇ ਜੇ, ਕਿਸ ਤਰੀਕੇ ਦੇ ਇਨਸਾਫ ਦੀ ਮੰਗ ਕਰਦੇ? ਅਸੀਂ ਸਾਡੇ ਮਗਰੋਂ ਲੱਥ ਨਹੀਂ ਚਾਹੀਦੀ ਹੈ ਕਿਸੇ ਤਰ੍ਹਾਂ। ਸਾਡਾ ਮੁੰਡਾ ਵਿਆਹਿਆ ਵਾ। ਤੁਹਾਡੀ ਨੂੰਹ ਵੀ ਅੱਜ ਨਾਲ ਆਈ ਹੈ ਜੀ, ਕੀ ਕਹਿਣਾ ਚਾਹੋਗੇ? ਮੁੰਡੇ ਦਾ ਤੁਹਾਡੇ ਦਾ ਪਹਿਲਾਂ ਵੀ ਵਿਆਹ ਹੋਇਆ ਸੀ? ਹਾਂਜੀ ਹਾਂਜੀ ਹੋਇਆ ਸੀ। ਮੇਰਾ ਨਾਂ ਰਵੀ ਗਿੱਲ, ਭਗਵਾਨ ਵਾਲਮੀਕ ਸਮਾਜ ਤੋਂ ਸੇਵਾਦਾਰ। ਇਹ ਹੈਗੀ ਆ ਬੀਬੀ ਅੱਜ ਡੇਰੇ ਵੱਲੇ ਵੀ ਆਈ ਸੀਗੀ ਕਾਫੀ ਵਾਰੀ, ਇਹਨਾਂ ਦੇ ਨਾਲ ਠੱਗੀ ਵੱਜੀ ਆ। ਮਨਪ੍ਰੀਤ ਕੌਰ ਨਾਂ ਦੀ ਜਨਾਨੀ ਆ, ਉਹਨੇ ਇਹਦੇ ਘਰ ਵਾਲੇ ਨਾਲ ਜ਼ਬਰਦਸਤੀ PR ਦਾ ਬਹਾਨਾ ਮਾਰ ਕੇ 40 ਕਿੱਲੇ ਮੇਰੀ ਜ਼ਮੀਨ ਆ, ਕਿਉਂਕਿ ਉਹਨੇ 4-5 ਵਿਆਹ ਅੱਗੇ ਵੀ ਕਰਾ ਚੁੱਕੀ ਆ ਜਿਸ ਦੇ ਸਬੂਤ ਸਾਡੇ ਕੋਲ ਆ। ਅਤੇ ਇੱਕ ਉਹਨੇ ਕਿਸੇ ਸਾਗਰ ਰੱਤੂ ਦੇ ਨਾਂ ਦਾ ਬੰਦਾ ਆ, ਉਹਨੇ ਕਪੂਰਥਲੇ ਦੇ ਵਿੱਚ ਪਰਚਾ ਦਰਜੇ ਦੇ ਉੱਤੇ ਖਿਲਾਫ 420 ਦਾ ਕਰਾਇਆ ਵਾ। ਅਸੀਂ ਕਹਿੰਦੇ ਹਾਂ ਕਿ ਇਹਦੇ ਖਿਲਾਫ ਜਿਹੜਾ ਆ ਬੰਦੇ ਜੁਰਮਾਂ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਅਤੇ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ, ਕਿਉਂਕਿ ਉਹਦਾ ਜਿਹੜਾ ਵਾ ਕਿ ਬਦਮਾਸ਼ਾਂ ਨਾਲ ਬਹਿਣ ਖਲੋਣਾ। ਇਸ ਟਾਈਮ ਉਹ ਜਿਹੜਾ ਲਵਪ੍ਰੀਤ ਸਿੰਘ ਨੂੰ ਕੀ ਧਮਕਾ ਰਹੀ ਆ ਜਾਂ ਕੀ? ਇਹਦੀ ਲਵਪ੍ਰੀਤ ਸਿੰਘ ਨੂੰ ਧਮਕਾ ਰਹੀ ਆ ਜੇਲ੍ਹ 'ਚ ਜਾ ਕੇ ਕਿ ਮੈਂ ਤੇਰੇ 'ਤੇ ਅੱਗੇ ਝੂਠੇ ਪਰਚੇ ਪਾਏ, ਮੈਂ ਹੋਰ ਪਵਾਵਾਂਗੀ। ਇਹੀ ਇਹਨੂੰ ਮਤਲਬ ਕਿ ਜ਼ਬਰਦਸਤੀ ਕਹਿੰਦੀ ਰਹੀ ਆ ਕਿ ਤੂੰ ਲੁੱਟਾ ਖੋਵਾਂ ਕਰ। ਜੋ ਵੀ ਆ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਇਹੀ ਜਨਾਨੀ ਆ, ਕਿਉਂਕਿ ਇਹੀ ਮਾਸਟਰ ਮਾਈਂਡ ਆ। ਮਗਰ ਹੁਣ DIG ਸਾਹਿਬ ਨੇ ਕੀ ਭਰੋਸਾ ਦਵਾਇਆ? DIG ਸਾਹਿਬ ਜੀ ਤਾਂ ਹੈ ਨਹੀਂ ਜੀ, ਉਹਨਾਂ ਦੇ PSO ਸਾਹਿਬ ਮਿਲੇ ਆ, ਉਹਨਾਂ ਨੇ ਕਿਹਾ ਜੀ ਕੱਲ੍ਹ DIG ਸਾਹਿਬ ਮਿਲਣਗੇ ਅਤੇ ਆਪਾਂ ਤੁਹਾਨੂੰ ਜੋ ਵੀ ਆ ਪੇਸ਼ ਕਰਾ ਕੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ।